ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਮੱਧ ਪ੍ਰਦੇਸ਼ ਵਿਧਾਨ ਸਭਾ ਲਈ ਚਿਤਰਕੂਟ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਨੀਲਾਂਸ਼ੂ ਚਤੁਰਵੇਦੀ ਨਿਰਵਾਚਿਤ ਘੋਸ਼ਿਤ ਹੋਏ ਹਨ। ਉਹਨਾਂ ਨੇ ਆਪਣੇ ਬੀਜੇਪੀ ਦੇ ਪ੍ਰਤੀਦਵੰਦੀ ਨੂੰ 14,133 ਵੋਟਾਂ ਨਾਲ ਹਰਾਇਆ। ਕਾਂਗਰਸ ਨੇ ਇਸ ਨੂੰ ਪਰਿਵਰਤਨ ਦੇ ਸੰਕੇਤ ਦੱਸਦੇ ਹੋਏ ਇਸ ਜਿੱਤ ਦੀ ਪ੍ਰਸ਼ੰਸਾ ਕੀਤੀ। RBI ਦੇਸ਼ ਵਿੱਚ ਇਸਲਾਮਿਕ ਬੈਂਕਿੰਗ ਸ਼ੁਰੂ ਕਰਨ ਦਾ ਪ੍ਰਸਤਾਵ ਅੱਗੇ ਨਹੀਂ ਵਧਾਏਗਾ। ਬੈਂਕਿੰਗ ਅਤੇ ਵਿੱਤੀ ਸੇਵਾਵਾਂ ਦਾ ਵਿਆਪਕ ਅਤੇ ਸਮਾਨ ਅਵਸਰ ਸਾਰੇ ਨਾਗਰਿਕਾਂ ਨੂੰ ਉਪਲਬਧ ਕਰਾਉਣ ਉੱਤੇ ਵਿਚਾਰ ਕਰਨ ਦੇ ਬਾਅਦ ਸੈਂਟਰਲ ਬੈਂਕ ਨੇ ਇਹ ਫੈਸਲਾ ਲਿੱਤਾ। ਆਂਧਰ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਕ੍ਰਿਸ਼ਨਾ ਨਦੀ ਵਿੱਚ ਇੱਕ ਕਿਸ਼ਤੀ ਦੇ ਪਲਟ ਜਾਣ ਨਾਲ 9 ਮਹਿਲਾਵਾਂ ਅਤੇ 2 ਬੱਚਿਆਂ ਸਹਿਤ ਘੱਟ ਤੋਂ ਘੱਟ 16 ਟੂਰਿਸਟ ਮਾਰੇ ਗਏ ਅਤੇ 8 ਲੋਕ ਲਾਪਤਾ ਹੋ ਗਏ। CM N ਚੰਦਰ ਬਾਬੂ ਨਾਇਡੂ ਨੇ ਦੁਰਘਟਨਾ ਉੱਤੇ ਅਫਸੋਸ ਜਤਾਇਆ ਅਤੇ ਇੱਕ ਸੀਨੀਅਰ ਪੁਲਿਸ ਆਫਿਸਰ ਦੁਆਰਾ ਜਾਂਚ ਦਾ ਆਦੇਸ਼ ਦਿੱਤਾ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਕਿਸੇ ਵੀ ਮੁੱਦੇ ਨੂੰ ਹਿੰਸਾ ਦੁਆਰਾ ਹੱਲ ਨਹੀਂ ਕੀਤਾ ਜਾ ਸਕਦਾ ਅਤੇ ਇਹੀ ਕਾਰਨ ਹੈ ਕਿ ਸਰਕਾਰ ਨੇ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਬਾਤਚੀਤ ਦਾ ਮਾਰਗ ਚੁਣਿਆ ਹੈ। 24 ਅਕਤੂਬਰ ਨੂੰ ਸਰਕਾਰ ਨੇ IB ਦੇ ਸਾਬਕਾ ਨਿਦੇਸ਼ਕ ਦਿਨੇਸ਼ਵਰ ਸ਼ਰਮਾ ਨੂੰ ਜੰਮੂ ਕਸ਼ਮੀਰ ਲਈ ਵਾਰਤਾਕਾਰ ਦੇ ਰੂਪ ਵਿੱਚ ਨਿਯੁਕਤੀ ਕਰਨ ਦੀ ਘੋਸ਼ਣਾ ਕੀਤੀ। 10ਵੀਂ ਸਾਲਾਨਾ ਦਿੱਲੀ ਸਮਲੈਂਗਿਕ ਗੌਰਵ ਪਰੇਡ ਵਿੱਚ ਸੈਂਕੜੋ ਸਮਲੈਂਗਿਕ ਅਧਿਕਾਰ ਦੇ ਕਾਰਜਕਰਤਾਵਾਂ ਅਤੇ ਸਮਰਥਕਾਂ ਨੇ ਇਤਵਾਰ ਨੂੰ ਦਿੱਲੀ ਵਿੱਚ ਮਾਰਚ ਕੀਤਾ। ਇਹ ਇੱਕ ਉਤਸਵ ਸੀ, ਪਰ ਇਹ ਉਸ ਰਾਸ਼ਟਰ ਵਿੱਚ ਇੱਕ ਆਵਾਜ਼ ਵੀ ਸੀ ਜਿੱਥੇ ਸਮਲੈਂਗਿਕਾਂ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ ਹੈ। ਨਵੀਂ ਦਿੱਲੀ ਵਿੱਚ ਭਾਰਤ, ਆਸਟ੍ਰੇਲੀਆ, ਅਮਰੀਕਾ ਅਤੇ ਜਾਪਾਨ ਦੇ ਅਧਿਕਾਰੀਆਂ ਨੇ ਮੁਲਾਕਾਤ ਕੀਤੀ ਅਤੇ ਇੰਡੋ ਪੈਸੀਫਿਕ ਰੀਜਨ ਵਿੱਚ ਸਹਿਯੋਗ ਨਾਲ ਸੰਬੰਧਿਤ ਮੁੱਦਿਆਂ ਉੱਤੇ ਚਰਚਾ ਕੀਤੀ। ਇਸ ਨੂੰ ਇੱਕ ਸ਼ੁਰੂਆਤ ਲਈ ਪਹਿਲੇ ਕਦਮ ਦੇ ਰੂਪ ਵਿੱਚ ਵੀ ਦੇਖਿਆ ਜਾ ਰਿਹਾ ਹੈ, ਜਿੱਥੇ ਸਮਾਂਤਰ ਮੁੱਦਿਆਂ ਉੱਤੇ ਸਮਾਧਾਨ ਕੱਢਣ ਲਈ 4 ਦੇਸ਼ਾਂ ਦਾ ਸਮੂਹ ਬਣਾਇਆ ਜਾਵੇਗਾ। ਭਾਰਤ ਸਰਕਾਰ ਪੂਰੀ ਹਜ ਪ੍ਰਕਿਰਿਆ ਨੂੰ ਆਨਲਾਈਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਇਸ ਦਾ ਉਦੇਸ਼ ਹਜ ਯਾਤਰੀਆਂ ਲਈ ਪਾਰਦਰਸ਼ਿਤਾ ਅਤੇ ਸੁਵਿਧਾ ਲਿਆਉਂਦਾ ਹੈ। 15 ਨਵੰਬਰ ਦੇ ਬਾਅਦ ਤੋਂ ਲੋਕ ਹਜ ਲਈ ਆਵੇਦਨ ਕਰ ਸਕਦੇ ਹਨ। ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਗਾਂ ਤਸਕਰੀ ਦੇ ਸੰਦੇਹ ਵਿੱਚ ਅਲਪ ਸੰਖਿਅਕ ਸਮੁਦਾਇ ਦੇ ਇੱਕ ਬੰਦੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਵਿੱਚ ਇੱਕ ਹੋਰ ਬੰਦਾ ਵੀ ਘਾਇਲ ਹੋ ਗਿਆ। ਕਰਨਾਟਕਾ ਵਿੱਚ CPIM ਕਾਰਜਕਰਤਾਵਾਂ ਨੇ RSS ਦੇ ਕਾਰਜਕਰਤਾ ਦੀ ਕਥਿਤ ਰੂਪ ਤੋਂ ਹੱਤਿਆ ਕਰ ਦਿੱਤੀ। ਪੀੜਿਤ ਯੁਵਕ 23 ਸਾਲਾਂ ਦੇ ਅਨੰਦਨ 2013 ਵਿੱਚ CPIM ਦੇ ਇੱਕ ਕਾਰਜਕਰਤਾ ਦੀ ਹੱਤਿਆ ਦਾ ਆਰੋਪੀ ਸੀ। 65 ਸਾਲ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਮਰਨ ਤੋਂ ਪਹਿਲਾਂ ਪਾਕਿਸਤਾਨ ਦੀ ਯਾਤਰਾ ਕਰਨਾ ਚਾਹੁੰਦੇ ਹਨ। ਰਿਸ਼ੀ ਕਪੂਰ ਦਾ ਪੇਸ਼ਾਵਰ ਵਿੱਚ ਇੱਕ ਘਰ ਹੈ, ਜਿਸ ਦਾ ਨਿਰਮਾਣ ਫਿਲਮ ਇੰਡਸਟਰੀ ਵਿੱਚ ਕਦਮ ਰੱਖਣ ਵਾਲੇ ਇਸ ਪਰਿਵਾਰ ਦੇ ਸਭ ਤੋਂ ਪਹਿਲੇ ਸਦੱਸਯ ਪ੍ਰਿਥਵੀ ਰਾਜ ਕਪੂਰ ਦੇ ਪਿਤਾ ਦੇਵਾਨ ਕਪੂਰ ਦੁਆਰਾ 1918 ਤੋਂ 1922 ਦੇ ਵਿੱਚ ਕਰਵਾਇਆ ਗਿਆ ਸੀ। 1947 ਦੇ ਵਿਭਾਜਨ ਦੇ ਬਾਅਦ ਕਪੂਰ ਭਾਰਤ ਵਿੱਚ ਸ਼ਿਫਟ ਹੋ ਗਏ ਸਨ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।